ਤੁਸੀਂ ਵੇਖ ਰਹੇ ਹੋ ਜਸਟ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਰੋਜ਼ਾਨਾ ਅਸੀਂ ਉਹਨਾਂ ਗਰਮ ਇਸ਼ੂਜ਼, ਉਹਨਾਂ ਭਗਦੇ ਮਸਲਿਆਂ ਦੀ ਹਮੇਸ਼ਾ ਇਸ ਮੰਚ ਦੇ ਉੱਤੇ ਗੱਲ ਕਰਦੇ ਹਾਂ। ਅੱਜ ਵੀ ਇੱਕ ਮੁੱਦਾ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਇਆ ਜਿਹਦੇ ਉੱਤੇ ਡਿਬੇਟ ਹਜੇ ਵੀ ਕੰਟੀਨਿਊ ਹੈ। ਕੱਲ੍ਹ ਵੀ ਜਦ ਅਸੀਂ ਟੂ ਦਾ ਪੁਆਇੰਟ ਪ੍ਰੋਗਰਾਮ ਕੀਤਾ ਸੀਗਾ ਤਾਂ ਵੀ ਇਸ ਮੁੱਦੇ ਦੇ ਉੱਤੇ ਵਿਚਾਰ ਕੀਤਾ ਸੀਗਾ, ਲੇਕਿਨ ਸੱਤ ਸਮੁੰਦਰ ਪਾਰ ਜਦ ਅਸੀਂ ਗੱਲ ਕਰਦੇ ਹਾਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ, ਤਾਂ ਇੱਥੇ ਕੀ ਕੁਝ ਜਿਹੜੀ ਸਿਆਸਤ ਅਸੀਂ ਕਹਿ ਸਕਦੇ ਹਾਂ ਜਾਂ ਫਿਰ ਇੱਥੇ ਜਿਹੜੇ ਸੈਂਟੀਮੈਂਟਸ ਅਗਰ ਅਸੀਂ ਕਹੀਏ ਅਗਰ ਹਰਟ ਹੋਏ ਹਨ ਤਾਂ ਕਿਉਂ ਹੋਏ ਹਨ। ਜੇਕਰ ਇਸ ਮੁੱਦੇ ਦੇ ਉੱਤੇ ਵਾਕਈ ਹੀ ਕੋਈ ਟਿੱਪਣੀ ਕਰਨੀ ਬਣਦੀ ਹੈ ਤਾਂ ਫਿਰ ਕਿਉਂ ਬਣਦੀ ਹੈ? ਜੇਕਰ ਅਸੀਂ ਅੱਜ ਇਸ ਸਟੇਜ ਦੇ ਉੱਤੇ, ਇਸ ਮੰਚ ਦੇ ਉੱਤੇ ਇਸ ਗੱਲ ਨੂੰ ਜ਼ਰੂਰ ਵਿਚਾਰਨਾ ਚਾਹੁੰਦੇ ਹਾਂ ਕਿ ਆਖਿਰਕਾਰ ਗੱਲ ਹੈ ਕੀ ਔਰ ਇਸ ਦੇ ਪਿੱਛੇ ਇਸ਼ੂ ਜਿਹੜਾ ਉਹ ਕਿਉਂ ਕ੍ਰੀਏਟ ਹੁੰਦਾ ਔਰ ਜਿਹੜਾ ਮਤਭੇਦ ਪੈਦਾ ਹੋ ਰਿਹਾ ਉਹ ਕਿਉਂ ਹੋ ਰਿਹਾ? ਸਵਾਲ ਵੱਡੇ ਬਣਦੇ ਹਨ। ਜਦ ਅਸੀਂ ਕੱਲ੍ਹ ਤੁਹਾਡੇ ਸਾਹਮਣੇ ਟੂ ਦਾ ਪੁਆਇੰਟ ਦੇ ਵਿੱਚ ਵੀ ਗੱਲ ਕੀਤੀ ਸੀਗੀ, ਬਕਾਇਦਾ ਤੌਰ ਦੇ ਉੱਤੇ ਕਈ ਸਾਰੇ ਜਿਹੜੇ ਸਿੱਖ ਸਕਾਲਰ ਔਰ ਕਈ ਸਾਰੇ ਜਿਹੜੇ ਬੁੱਧੀਜੀਵੀ ਆਏ ਸੀਗੇ, ਸਿਰਫ ਗੱਲ ਹੈਗੀ ਹੈ ਕਲਟ ਸ਼ਬਦ ਨੂੰ ਲੈ ਕੇ। ਲੇਕਿਨ ਇਸ ਵਰਡ ਨੂੰ ਜਿਹੜਾ ਬਕਾਇਦਾ ਤੌਰ 'ਤੇ ਸੁਪਰੀਮ ਕੋਰਟ ਦੇ ਜੱਜ ਵਰਡਿਕਟ ਆਇਆ ਸੀਗਾ ਅਯੋਧਿਆ ਦਾ, ਤਾਂ ਉਹਨਾਂ ਸਫਿਆਂ ਦੇ ਵਿੱਚ, ਉਹਨਾਂ ਪੰਨਿਆਂ ਦੇ ਵਿੱਚ 1100 ਜਿਹੜੇ ਪੰਨੇ ਸੀਗੇ ਉਹਨਾਂ ਦੇ ਵਿੱਚ ਬਕਾਇਦਾ ਸਿੱਖ ਕਲਟ ਸਿੱਖ ਨੂੰ ਕਲਟ ਦੇ ਨਾਲ ਜਿਹੜਾ ਉਹ ਲਿਖਿਆ ਗਿਆ ਨਾਲ ਰੀਪ੍ਰਜੈਂਟ ਕੀਤਾ ਗਿਆ, ਜਿਹਦੇ ਉੱਤੇ ਕਈ ਸਾਰੇ ਜਿਹੜੇ ਓਬਜੈਕਸ਼ਨੇਬਲ ਸਵਾਲ ਜਿਹੜੇ ਨੇ ਉਸ ਸਿੱਖ ਸਕਾਲਰਾਂ ਵੱਲੋਂ ਚੱਕੇ ਗਏ। ਆਖਿਰਕਾਰ ਕਲਟ ਹੁੰਦਾ ਕੀ ਹੈ ਔਰ ਜੇਕਰ ਇਹਨੂੰ ਸਿੱਖ ਧਰਮ ਦੇ ਨਾਲ ਜੋੜ ਕੇ ਵੇਖਿਆ ਗਿਆ ਹੈ ਵਰਡਿਕਟ ਦੇ ਅੰਦਰ ਤਾਂ ਆਹ ਕਿਉਂ ਵੇਖਿਆ ਗਿਆ ਔਰ ਕਿਉਂ ਲਿਖਿਆ ਗਿਆ? ਇਸ ਦੇ ਉੱਤੇ ਅਸੀਂ ਚਾਨਣਾ ਪਾਵਾਂਗੇ। ਲੇਕਿਨ ਜਦ ਕੱਲ੍ਹ ਗੁਰੂ ਗ੍ਰੰਥ ਸਾਹਿਬ ਹਾਲ ਦੇ ਵਿੱਚ ਚੰਡੀਗੜ੍ਹ ਵਿਖੇ ਸਿੱਖ ਸਕਾਲਰ ਔਰ ਬੁੱਧੀਜੀਵੀਆਂ ਨੇ ਆਪਣੇ ਪ੍ਰਤੀਕਰਮ ਦਿੱਤੇ ਤਾਂ ਉਹਨਾਂ ਨੇ ਕੀ ਕੁਝ ਬਿਆਨ ਸਾਹਮਣੇ ਦਿੱਤੇ, ਪਹਿਲੇ ਉਹਦੇ ਉੱਤੇ ਵਿਚਾਰ ਕਰਾਂਗੇ, ਫਿਰ ਇਸ ਦੀ ਜਿਹੜੀ ਸੇਕ ਹੈਗੀ ਹੈ ਉਹ ਕਿਵੇਂ ਸੱਤ ਸਮੁੰਦਰ ਪਾਰ ਅੱਜ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਉੱਤੇ ਪਹੁੰਚੀ ਹੈਗੀ ਹੈ। ਫਿਲਹਾਲ ਆਪਾਂ ਦੇਖਦੇ ਹਾਂ ਉਹਨਾਂ ਸਕਾਲਰਾਂ ਦੇ ਬਿਆਨ। ਸਾਡਾ ਦੇਸ਼ ਚੱਲਣਾ ਚਾਹੀਦਾ ਸੀ, ਉਹਦੇ ਤੋਂ ਅਸੀਂ ਬਿਲਕੁਲ ਭੜਕ ਗਏ ਹਾਂ ਔਰ ਸਿੱਧਾ ਹੀ ਸਿੱਧਾ ਧਰਮ ਨੂੰ ਰਾਜਨੀਤੀ ਲਈ ਵਰਤਣਾ। ਧਰਮ ਦਾ ਮਤਲਬ ਤਾਂ ਸਮਾਜ ਦੇ ਵਿੱਚ ਸ਼ਾਂਤੀ, ਭਾਈਚਾਰਾ, ਇੱਕ ਨੇੜਤਾ। ਸਾਡੇ ਇੱਥੇ ਹੀ ਪੰਜਾਬ ਦੇ ਵਿੱਚ, ਬਸ ਮੈਂ ਗੱਲ ਖਤਮ ਕਰਨ ਲੱਗਾ, ਸਾਡੇ ਇੱਥੇ ਹੀ ਪੰਜਾਬ ਦੇ ਵਿੱਚ ਸਾਰੇ ਸਿੱਖ ਈਦ ਦੇ ਉੱਤੇ ਖੁਸ਼ ਹੁੰਦੇ ਸੀ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਸੀ ਅਤੇ ਮੁਸਲਮਾਨ ਜਿਹੜੇ ਦੀਵਾਲੀ ਮਨਾਉਂਦੇ ਸੀ। ਇਸ ਫੈਸਲੇ ਨੇ ਸੁਪਰੀਮ ਕੋਰਟ ਨੂੰ ਲਗਭਗ ਬੀਜੇਪੀ ਅਤੇ RSS ਦੀ ਇੱਕ ਸ਼ਾਖਾ ਬਣਾ ਕੇ ਰੱਖ ਦਿੱਤਾ। ਸੁਪਰੀਮ ਕੋਰਟ ਦੇ ਫੈਸਲਿਆਂ ਦਾ ਪਹਿਲੇ ਵੀ ਕ੍ਰਿਟੀਸਾਈਜ਼ ਹੋਏ ਨੇ, ਸੁਪਰੀਮ ਕੋਰਟ ਨੇ ਪਹਿਲੇ ਵੀ ਗਲਤ ਫੈਸਲੇ ਦਿੱਤੇ ਨੇ, ਉਹ ਫੈਸਲੇ ਉੱਥੇ ਦਿੱਤੇ ਨੇ ਜਿੱਥੇ ਮਿਨੋਰਿਟੀ ਇਨਵੋਲਵ ਸਨ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਾਖੀ ਦੇ ਵਿੱਚੋਂ, ਗੁਰੂ ਸਾਹਿਬਾਂ ਦੇ ਵਿੱਚ ਜਿਹੜੇ ਸਾਖੀ ਆ ਉਹਨਾਂ ਦੇ ਵਿੱਚੋਂ ਜਿਹੜਾ ਵਰਤਿਆ ਗਿਆ ਸ਼ਬਦ ਅਤੇ ਧਰਮ ਨੂੰ, ਸਿੱਖ ਧਰਮ ਨੂੰ ਕਲਟ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਕਲਟ ਦਾ ਮਤਲਬ ਹੁੰਦਾ ਵੀ ਇੱਕ ਛੋਟਾ ਜਿਹਾ ਫਿਰਕਾ, ਨੈਗੇਟਿਵ ਜਿਹੜਾ ਕੰਮ ਕਰਦਾ, ਬਹੁਤ ਗਲਤ ਕੰਮ ਕਰਦਾ, ਇਸ ਕਿਸਮ ਦਾ ਜਾਂ ਕੱਟੜ ਕਿਸਮ ਦਾ ਫਿਰਕਾ, ਇਸ ਕਿਸਮ 'ਤੇ ਸਿੱਖ ਧਰਮ ਨੂੰ ਕਲਟ ਦੇ ਲੈਵਲ 'ਤੇ ਪੇਸ਼ ਕਰਨਾ, ਇਹ ਵੀ ਸਾਨੂੰ ਬਹੁਤ ਵੱਡਾ ਇਤਰਾਜ਼ ਹੈ। ਹੁਣ ਕੱਲ੍ਹ ਨੂੰ ਕੋਈ ਇਹ ਕਹਿ ਦੇਵੇ ਕਿ ਸਿੱਧਾ ਕੋਲ ਗਏ ਸਨ, ਸਿੱਧਾ ਨੂੰ ਪੁੱਛਦੇ ਸਨ, ਇਹ ਬੜੀ ਵੱਡੀ ਬੇਵਕੂਫੀ ਹੋਏਗੀ। ਅਗਰ ਜੱਜ ਸਾਹਿਬਾਨ ਨੇ ਸਿੱਖ ਧਰਮ ਬਾਰੇ ਕੁਝ ਕਰਨਾ ਸੀ, ਉਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਸੀ ਪਹਿਲਾਂ, ਫੈਸਲੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਣੀਆਂ। ਉਹਨਾਂ ਨੇ ਸਿੱਖ ਕੌਮ ਨੂੰ ਹਰਟ ਹੀ ਨਹੀਂ ਕੀਤਾ, ਸਿੱਖ ਕੌਮ ਦੇ ਸਿਧਾਂਤਾਂ ਦੇ ਨਾਲ ਖਿਲਵਾੜ ਕੀਤਾ ਬਹੁਤ ਵੱਡਾ। ਸਿੱਖਾਂ ਦੀ ਜਿਹੜੀ ਹੋਂਦ ਹੈ ਧਰਮ ਦੀ, ਉਸ ਨੂੰ ਬਹੁਤ ਬੁਰੀ ਤਰ੍ਹਾਂ ਹਰਟ ਕੀਤਾ ਹੈਗਾ। ਜਿਹੜੇ ਸਿੱਖ ਧਰਮ ਨੂੰ ਵਿਸ਼ਵਾਸ, ਜਿਨ੍ਹਾਂ ਦਾ ਸਿੱਖ ਧਰਮ 'ਚ ਵਿਸ਼ਵਾਸ ਆ, ਜਿਹੜੇ ਸਿੱਖ ਆ, ਉਹ ਬਹੁਤ ਇਸ ਗੱਲ ਤੋਂ ਹਰਟ ਫੀਲ ਕਰਦੇ ਆ। ਤੋ ਇਹ ਲਫਜ਼ ਯੂਜ਼ ਨਹੀਂ ਹੋਣਾ ਚਾਹੀਦਾ ਸੀ। ਸਿੱਖ ਧਰਮ ਇੱਕ ਫੁੱਲ ਫਲੈਸ਼ਡ ਜਿਹੜਾ ਧਰਮ ਹੈ ਔਰ ਪੰਜਵਾਂ ਦੁਨੀਆ ਦਾ ਪੰਜਵਾਂ ਬਿਗੈਸਟ ਰਿਲੀਜਨ ਆ, ਜਿਸ ਦੀ ਹਰ ਇੰਸਟੀਟਿਊਸ਼ਨ ਰਿਸਪੈਕਟਿਡ ਆ, ਆਨਰਡ ਆ ਔਰ ਉਸ ਦਾ ਇੱਕ ਸਪਿਰਚੁਅਲ ਸੋਵਰਨਿਟੀ ਦਾ ਉਹਦਾ ਸਟੇਟਸ ਹੈ। ਜ਼ਰੂਰ ਤਾਰੁਫ ਕਰਾ ਦੇਵਾਂ ਜਿਹੜੇ ਅੱਜ ਇਸ ਮੰਚ ਦੇ ਉੱਤੇ ਸਾਡੇ ਨਾਲ ਮਹਿਮਾਨ ਜੁੜਨਗੇ, ਜੋ ਕਿ ਆਪਣੇ ਪ੍ਰਤੀਕਰਮ ਦੇਣਗੇ ਔਰ ਕਿਵੇਂ ਅੱਜ ਸੱਤ ਸਮੁੰਦਰ ਪਾਰ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਜਾਂ ਫਿਰ ਪ੍ਰਤੀਕਰਮ ਜਿਹੜੇ ਨੇ ਉਹ ਦਿੱਤੇ ਜਾ ਰਹੇ ਹਨ। ਮੈਂ ਤੁਹਾਨੂੰ ਤਾਰੁਫ ਕਰਾਉਣਾ ਚਾਹੁੰਦਾ, ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਰਹਿਣਗੇ ਮਨਮੋਹਨ ਸਿੰਘ ਜੀ, ਜੋ ਕਿ ਇਤਿਹਾਸਕਾਰ ਹਨ, ਫਿਲੋਸਫਰ ਹਨ, ਕਨੈਕਟੀਕਟ ਤੋਂ ਸਾਡੇ ਨਾਲ ਜੁੜਨਗੇ, ਸਿੱਖ ਬੁੱਧੀਜੀਵੀ ਹਨ।
ਤੇ ਨਾਲੇ ਦੂਜੇ ਪਾਸੇ ਸਾਡੇ ਨਾਲ ਰਾਸ਼ਟਰੀ ਸਵੰਮ ਸੇਵਕ ਸੰਘ ਦੇ ਜਾਣਕਾਰ ਡੀ ਕਾਰਲੇਕਰ ਮੌਜੂਦ ਰਹਿਣਗੇ ਜੋ ਕਿ ਅਮੈਰੀਕਾ ਨੂੰ ਰੀਪ੍ਰਜੈਂਟ ਕਰਦੇ ਹਨ ਬੀਜੇਪੀ ਦੀ ਤਰਫੋਂ ਅਤੇ ਸੰਘ ਦੀ ਤਰਫੋਂ ਕੀ ਕੁਝ ਵਿਚਾਰ ਉਹ ਵੀ ਆਪਣੇ ਨਾਲ ਰੱਖਣਗੇ ਅੱਜ ਆਪਾਂ ਜ਼ਰੂਰ ਵਿਚਾਰ ਵੀ ਲਵਾਂਗੇ ਤਾਂ ਫਿਲਹਾਲ ਮੈਂ ਇੱਥੇ ਇੱਕ ਬ੍ਰੇਕ ਲਈ ਰੁਕ ਰਿਹਾ ਜਦ ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਤਾਂ ਇਹਨਾਂ ਦੋਵਾਂ ਨਾਲ ਤੁਹਾਨੂੰ ਮੈਂ ਜ਼ਰੂਰ ਮਿਲਵਾਵਾਂਗਾ ਵੀ ਔਰ ਇਹਨਾਂ ਦੇ ਪ੍ਰਤੀਕਰਮ ਇਸ ਵਰਡ ਦੇ ਉੱਤੇ ਲਵਾਂਗੇ ਕਲਟ ਆਖਿਰਕਾਰ ਕਿਵੇਂ ਓਬਜੈਕਸ਼ਨੇਬਲ ਬਣ ਰਿਹਾ ਹੈਗਾ ਪੰਥ ਦੇ ਲਈ ਔਰ ਕਿਉਂ ਇਸ ਵਰਡ ਦੇ ਪਿੱਛੇ ਲਗਭਗ ਜਿਹੜੇ ਸਾਡੇ ਇਤਿਹਾਸਕਾਰ ਸੀਗੇ ਫਿਲੋਸਫਰ ਸੀਗੇ ਉਹਨਾਂ ਨੇ ਆਪਣੇ ਪ੍ਰਤੀਕਰਮ ਦਿੱਤੇ ਔਰ ਕੀ ਕੁਝ ਇਹ ਰੋਸ ਜਿਹੜਾ ਹੈਗਾ ਉਹ ਪੈਦਾ ਕਰ ਰਿਹਾ ਕੌਮ ਦੇ ਵਿੱਚ ਅਗਰ ਦੁਚਿੱਤੀ ਪੈਦਾ ਹੋਈ ਹੈ ਤਾਂ ਕਿਉਂ ਹੋਈ ਹੈ ਸਾਡਾ ਮਕਸਦ ਇਹਨੂੰ ਹੋਰ ਕਨਫਿਊਜ਼ ਕਰਨਾ ਨਹੀਂ ਹੈਗਾ ਅੱਜ ਇਸ ਪ੍ਰੋਗਰਾਮ ਦਾ ਮਕਸਦ ਹੈਗਾ ਕਿ ਜਿਹੜੀ ਕਨਫਿਊਜ਼ਨ ਜਾਂ ਫਿਰ ਮਤਭੇਦ ਜਾਂ ਫਿਰ ਵਾਕਿਆ ਹੀ ਅਗਰ ਇਹਨੂੰ ਇੰਟੈਂਸ਼ਨਲੀ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਇਹਨਾਂ ਸਾਰੇ ਸਵਾਲਾਂ ਦਾ ਲਵਾਂਗੇ ਜਵਾਬ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਿੱਖ ਕਲਟ ਦੇ ਨਾਲ ਕਿਉਂ ਹੋਈ ਸਾਡੀ ਕੌਮ ਹਰਟ ਇਹਦੇ ਉੱਤੇ ਅਸੀਂ ਅੱਜ ਵਿਚਾਰ ਕਰਾਂਗੇ ਅਤੇ ਨਾਲ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਿ ਮੇਰੇ ਨਾਲ ਡੀ ਕਾਰਲੇਕਰ ਜੀ ਜੋ ਕਿ ਸੰਘ ਦੇ ਜਾਣਕਾਰ ਹਨ ਅਤੇ ਦੂਜੇ ਪਾਸੇ ਮੇਰੇ ਨਾਲ ਮਨਮੋਹਨ ਸਿੰਘ ਜੀ ਹਨ ਜੋ ਕਿ ਸਿੱਖ ਬੁੱਧੀਜੀਵੀ ਹਨ ਦੋਵਾਂ ਦਾ ਮੈਂ ਇਸ ਮੰਚ ਦੇ ਉੱਤੇ ਜੀ ਆਇਆਂ ਨੂੰ ਕਰਦਾ ਨਿੱਘਾ ਸਵਾਗਤ ਕਰਦਾ ਸਭ ਤੋਂ ਪਹਿਲਾਂ ਸਵਾਲ ਮੈਂ ਮਨਮੋਹਨ ਜੀ ਤੋਂ ਲੈਣਾ ਚਾਹਾਂਗਾ ਮਨਮੋਹਨ ਜੀ ਵਾਕਿਆ ਹੀ ਕਿ ਕਲਟ ਵਰਡ ਦੇ ਨਾਲ ਸਾਨੂੰ ਹਰਟ ਜਿਹੜਾ ਹੈਗਾ ਉਹ ਹੁੰਦਾ ਕਿ ਨਹੀਂ ਦੇਖੋ ਵੀਰ ਜੀ ਗੱਲ ਇਹ ਹੈ ਕਿ ਕਲਟ ਵਰਡ ਜਿਹੜਾ ਉਹ ਸਿੱਖਿਸਮ ਤੇ ਬਿਲਕੁਲ ਫਿੱਟ ਨਹੀਂ ਪੈਂਦਾ ਜੇ ਕੋਈ ਕਵੇ ਕਿ ਕ੍ਰਿਸਚੀਅਨਿਟੀ ਕਲਟ ਹੈ ਤੇ ਇਟਸ ਇਕੁਇਵਲੈਂਟ ਟੂ ਦੈਟ ਕੋਈ ਕਵੇ ਹਿੰਦੂਇਜ਼ਮ ਕਲਟ ਹੈ ਇਟ ਇਜ਼ ਇਕੁਇਵਲੈਂਟ ਟੂ ਦੈਟ ਕੋਈ ਕਵੇ ਮੁਸਲਿਮ ਰਿਲੀਜਨ ਇਜ਼ ਅ ਕਲਟ ਇਟ ਇਜ਼ ਇਕੁਇਵਲੈਂਟ ਟੂ ਦੈਟ ਦੇਖੋ ਜਦੋਂ ਇਹੋ ਜਿਹੀਆਂ ਕੋਈ ਗੱਲਾਂ ਉੱਠਦੀਆਂ ਨੇ ਨਾ ਜਾਂ ਤੇ ਉੱਠਦੀਆਂ ਵੀਰ ਜੀ ਆਊਟ ਆਫ ਇਗਨੋਰੈਂਸ ਔਰ ਦੂਸਰਾ ਹੈ ਆਊਟ ਆਫ ਸ਼ਰਾਰਤ ਮਿਸਚੀਵੀਅਸ ਕਿਉਂਕਿ ਮਾਨਯੋਗ ਜੱਜਿਸ ਨੇ ਵਰਡ ਯੂਜ਼ ਕੀਤੇ ਨੇ ਤੇ ਉਹਨਾਂ ਨੇ ਕੋਈ ਸ਼ਰਾਰਤ ਤਾਂ ਕੀਤੀ ਨਹੀਂ ਪਰ ਲੇਕਿਨ ਆਈ ਥਿੰਕ ਦੇ ਹੈਵ ਡਨ ਇਟ ਆਊਟ ਆਫ ਇਗਨੋਰੈਂਸ ਉਹਨਾਂ ਨੂੰ ਸਿੱਖ ਧਰਮ ਦੇ ਬਾਰੇ ਜਾਂ ਤੇ ਗਿਆਨ ਨਹੀਂ ਹੈ ਜਾਂ ਕੋਈ ਏਜੰਡਾ ਹੈ ਇਹ ਹੁਣ ਉਹੀ ਜਾਣਦੇ ਨੇ ਮਾਨਯੋਗ ਜੱਜਿਸ ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ ਸਭ ਤੋਂ ਪਹਿਲੇ ਤੇ ਸਿੱਖਿਸਮ ਜਿਹੜਾ ਹੈ ਉਹ ਕਿਸੇ ਆਦਮੀ ਦੇ ਅਧੀਨ ਨਹੀਂ ਹੈ ਕਲਟ ਕਿਸੇ ਆਦਮੀ ਦੇ ਅਧੀਨ ਹੁੰਦਾ ਹੈ ਸਿੱਖਿਸਮ ਜਿਹੜਾ ਉਹ ਅਕਾਲ ਪੁਰਖ ਦੇ ਪੁਜਾਰੀ ਨੇ ਪਰਮਾਤਮਾ ਦੇ ਪੁਜਾਰੀ ਨੇ ਸਿੱਖਾਂ ਦਾ ਆਪਣਾ ਗ੍ਰੰਥ ਹੈ ਔਰ ਇੱਕੋ ਹੀ ਗ੍ਰੰਥ ਹੈ ਜਿਸ ਨੂੰ ਗੁਰੂ ਦੀ ਉਪਾਧੀ ਮਿਲੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਗ੍ਰੰਥ ਮੁਬਾਰਕ ਨੇ ਪਰ ਦੁਨੀਆਂ ਦੇ ਕਿਸੇ ਗ੍ਰੰਥ ਨੂੰ ਗੁਰੂ ਦੀ ਉਪਾਧੀ ਨਹੀਂ ਮਿਲੀ ਹੋਈ ਨਾ ਉਹਨਾਂ ਦੇ ਨਾਂ ਨਾਲ ਗੁਰੂ ਲੱਗਦਾ ਹੈ ਸਿੱਖਾਂ ਦਾ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਲਕਿ ਉਹ ਮਾਨਵ ਦਾ ਗ੍ਰੰਥ ਹੈ ਮਾਨਵਤਾ ਦਾ ਗ੍ਰੰਥ ਹੈ ਉਹਦੇ ਵਿੱਚ ਕਿਸੇ ਬੰਦੇ ਦੀ ਗੱਲ ਨਹੀਂ ਕਿਸੇ ਕਲਟ ਦੀ ਗੱਲ ਨਹੀਂ ਕੇਵਲ ਤੇ ਕੇਵਲ ਇੱਕ ਅੰਗ ਪਹਿਲੇ ਤੋਂ ਲੈ ਕੇ 1430 ਤੱਕ ਪਰਮਾਤਮਾ ਦੇ ਗੁਣ ਹਨ ਔਰ ਸ਼ੁਰੂ ਇੱਥੋਂ ਹੁੰਦਾ ਹੈ ਇੱਕ ਓਂਕਾਰ ਇੱਕ ਪਰਮਾਤਮਾ ਤੇ ਸਿੱਖਾਂ ਦਾ ਸਭ ਤੋਂ ਜੋ ਮੇਨ ਚੀਜ਼ ਹੈ ਉਹ ਮੂਲ ਮੰਤਰ ਹੈ ਉਸ ਮੂਲ ਮੰਤਰ ਵਿੱਚ ਕਿਸੇ ਬੰਦੇ ਦੀ ਗੱਲ ਨਹੀਂ ਹੈ ਪਰਮਾਤਮਾ ਦੀ ਗੱਲ ਹੈ ਪਰਮਾਤਮਾ ਦੀ ਡੈਫੀਨੇਸ਼ਨ ਹੈ ਫਿਰ ਇਸ ਨੂੰ ਕਲਟ ਕਹਿਣਾ ਇਹ ਆਊਟ ਆਫ ਇਗਨੋਰੈਂਸ ਮੈਂ ਸਮਝਾਂਗਾ ਕਿਉਂਕਿ ਮਾਨਯੋਗ ਜੱਜਿਸ ਨਹੀਂ ਸ਼ਰਾਰਤ ਕਰ ਸਕਦੇ ਹੋਰ ਕੋਈ ਬੰਦਾ ਕਰੇ ਕੋਈ ਕ੍ਰਿਟੀਕਲ ਤੇ ਮੈਂ ਮੰਨਾ ਵੀ ਸ਼ਰਾਰਤ ਕੀਤੀ ਹੈ ਮੇਰੇ ਮਨ ਦੀ ਗੱਲ ਇਹ ਕਹਿੰਦੀ ਹੈ ਕਿ ਦੇ ਹੈਵ ਯੂਜ਼ ਦਿਸ ਟਰਮ ਆਊਟ ਆਫ ਇਗਨੋਰੈਂਸ ਓਕੇ ਮੇਰੇ ਨਾਲ ਡੀ ਕਾਰਲੇਕਰ ਜੀ ਵੀ ਮੌਜੂਦ ਹਨ ਜੋ ਕਿ ਸੰਘ ਦੇ ਜਾਣਕਾਰ ਹਨ ਡੀ ਕਾਰਲੇਕਰ ਜੀ ਤੁਸੀਂ ਸੁਣਿਆ ਮਨਮੋਹਨ ਸਿੰਘ ਜੀ ਹੋਰਾਂ ਨੂੰ ਤੁਹਾਡੇ ਓਪਨਿੰਗ ਕਮੈਂਟਸ ਮੈਂ ਜਾਣਨਾ ਚਾਹਾਂਗਾ ਹਾਂਜੀ सबसे पहले जस्ट टीवी के सारे दर्शकों को गुरु नानक देव जी की 550वीं बर्थ एनिवर्सरी की शुभकामनाएं वाहेगुरु जी का खालसा वाहेगुरु जी की फतेह हमने अभी बड़े जोर शोर से पिछले हफ्ते ये हमने इंडियन काउंसुलेट में न्यूयॉर्क में भी सेलिब्रेट किया और न्यू जर्सी में भी पिछले वीकेंड को सेलिब्रेट किया इस सैटरडे परसों के दिन भी हम न्यूयॉर्क में बहुत बड़ा सेलिब्रेशन कर रहे हैं हजारों की संख्या में लोग आएंगे कमिंग बैक टू ये जो कमेंट थी आई एम टोटली अग्रीइंग विद मनमोहन जी बेसिकली टू अर इज ह्यूमन वो एक शब्द का प्रयोग जैसे उनको कहना चाहिए था पंथ है सिख जो एक हमारा भारत धर्म में हिंदू धर्म में तो उन्हें पंथ कहना चाहिए था 1400 पेज का जो जजमेंट दिया कभी कभार हो जाता है जब आप हजारों पन्ने का जजमेंट दे रहे हो बिना रुके दो घंटे ढाई घंटे
तो कभी कभी जबान से एक ऐसा शब्द का प्रयोग हो जाता है, तो मैं तो यही कहूंगा कि इसे हम ज्यादा खींचे नहीं. ये दिस इज लाइक अ मिसस्पोकन और मिसकंस्ट्रूड. व्हाट ही मेंट वाज इज कि सिख ये हमारा एक हिंदू धर्म का एक पंथ है और दे हैव आल्सो रिकॉर्ड इन द डॉक्यूमेंटेशन कि सिख लोगों ने भी राम जन्मभूमि के लिए पिछले 300-400 साल से इसके पीछे उन्होंने जिद्दोजहद की है. तो मैंने पिछली बार भी यही कहा था कि सिख जो हमारी पंथ है, जो हमारा खालसा, जो हमारा पंथ है. मैं खुद मराठा हूँ, तो मराठाओं ने, सिखों ने, राजपूतों ने हिंदुस्तान की आन बान और शान में चौके और छक्के लगाए हुए हैं. तो कभी कभी छोटी छोटी बातें हो जाती है, उसका बात का पतंगड़ नहीं मनाना चाहिए. देर वॉज नो डिसरिस्पेक्ट ऑफ एनी काइंड. इट वॉज जस्ट अ डिफरेंट वर्ड विच वॉज used and now you know logo ko ek mauka chahiye baat ka patangad banane ka. To I'm happy Harkit ji aapke madhyam se ye kehna chahunga ki it was a misspoken word. The word should have been panth, sikh panth. No, aur uske upar Karlekar ji toda kehne da bhav hai ki it's a slip of tongue. Haan ji, slip of tongue. But enna bada verdict aaya aur baqayda supreme court de judges ne innu likhya. ਤੁਸੀਂ ਕਹਿ ਰਹੇ ਹੋ ਕਿ ਦਿਸ ਇਜ਼ ਅ ਸਲਿਪ ਆਫ ਟੰਗ. ਮਨਮੋਹਨ ਜੀ, ਹਾਂਜੀ, ਨੋਬਡੀ ਹੈਜ਼ ਅਪੋਲੋਜਾਈਜ਼ਡ ਫਰਮ ਸੁਪਰੀਮ ਕੋਰਟ ਔਨ ਦਿਸ. ਵੀ ਹੈਵ ਨਾਟ ਸੀਨ ਐਨੀ ਅਪੋਲੋਜੀ ਔਨ ਦਿਸ. ਨੰਬਰ 1, ਭਾਈ ਸਾਹਿਬ ਨੇ ਕਿਹਾ ਹੈ ਕਿ ਸਿੱਖ ਧਰਮ ਹਿੰਦੂ ਧਰਮ ਦਾ ਇੱਕ ਪੰਥ ਹੈ, ਇਹ ਬਿਲਕੁਲ ਗਲਤ ਹੈ. ਆਈ ਡੂ ਨਾਟ, ਵਿਦ ਆਲ ਡਿਊ ਰਿਸਪੈਕਟ ਫਾਰ ਹਿਮ, ਆਈ ਡੂ ਨਾਟ ਐਗਰੀ ਵਿਦ ਇਟ. ਹਿੰਦੂ ਧਰਮ ਮੂਰਤੀ ਪੂਜਾ ਕਰਤਾ ਹੈ, सिख धर्म इसका खंडन करता है. हिंदू धर्म आरती करता है. सिख धर्म में आरती जो है वो गुरु नानक कहते हैं कि भगवान की आरती हर समय चल रही है. आकाश, चंद्रमा, हवा, वायु सब आरती कर रहे हैं. और कन्फाइंड आरती इज नॉट एन आरती. तो इसलिए हिंदू धर्म का कोई पंथ नहीं है. सिखों का अपना ग्रंथ है गुरु ग्रंथ साहिब जी, अपने उनके कस्टम है, अपनी उनकी आइडेंटिटी है, अपने उनके दिन है, अपने त्योहार है, अपने धार्मिक स्थान है. तो ये हिंदू का पंथ कैसे हो गया? हिंदू धर्म अपनी जगह मुबारक है. हम उनकी रिस्पेक्ट करते हैं, उनकी भावनाओं की रिस्पेक्ट करते हैं. इसी तरह सिख धर्म की भावनाओं को हिंदुओं को रिस्पेक्ट करना चाहिए. ये जो इंटरमिंगल करने का जो मुद्दा उठाया हुआ है, जो एजेंडा इंडिया में चल रहा है, ये तुरंत बंद होना चाहिए. वो उनका अपना धर्म है, उनको मुबारक, हम उसकी रिस्पेक्ट करते हैं. वी बिलीव इन इंटरफेथ, we must coexist, we must tolerant each other. लेकिन ये जो मुद्दा कर रहे हैं ना, मिलकोबा कर रहे हैं, ये बंद होना चाहिए. Can I interject? Yes, जी 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 डी कार्लेकर जी. देखिएगा मनमोहन जी, I respect your opinion and I appreciate what you are saying. गुरु नानक देव जी या फिर जो हमारे सिख धर्म के जो दसों के दसों गुरु जो गुरु हो गए, उनका धर्म क्या था? गुरु नानक जी का धर्म क्या था? हिंदू धर्म था. किसी को भी ले लो, गुरु नानक जी से गुरु गोविंद तक ले लो, उनका धर्म था अकाल पुरख की पूजा करनी, एक परमात्मा को. मैं खुद कर्म कांड नहीं करता. मैं खुद यही मानता हूँ. मूर्ति पूजा को खंडन किया है, बार बार खंडन किया है. मैं खुद मूर्ति पूजा, हिंदू धर्म में जात पात है, चार वर्ण है. सिखों सिख इसको नहीं मानते हैं, तो सिख फिर हिंदुओं का पंथ कैसे हो गया? भाई साहब देखिएगा, जब गुरु नानक नहीं मिलते हैं, हमारे कोई त्योहार नहीं मिलते हैं, हमारी कोई, हम एक दूसरे का रिस्पेक्ट करते हैं, भाई बंधु की तरह रहना चाहते हैं. लेकिन हिंदुओं का अपना मार्ग है, सिखों का अपना मार्ग है, और वी स्टिल आर ब्रदर्स, वी वांट टू कोर्स दिस. लेकिन ये मिल गोबा हम पसंद नहीं करते. वी आर नॉट पार्ट ऑफ हिंदुइज्म, दैट इज क्रिस्टल क्लियर. ओके, वील आई टेक योर टेक ऑन दिस. डी कार्लेकर जी, आई टेक योर टेक ऑन दिस फॉर श्योर. मैं इतने एक निके जे ब्रेक ले रुके, जब ब्रेक तो बाद वापस आवांगा. जो गल मनमोहन सिंह जी ने कही है, डी कार्लेकर जी होना तो लवांगे जवाब इस ब्रेक तो. उस पर बाद साढ़े सारे दर्शकों का स्वागत है. गल कल्ट शब्द की हो रही है, जो कि सुप्रीम कोर्ट के जजिस ने जब वर्डिक्ट दिता अयोध्या का, तो वह यूज़ किया गया. जब उस वर्डिक्ट जनता किया गया सगा, जिस तो बाद कई सारे स्कॉलरस बुद्धिजीवी जिन्होंने रोस विखाया चंडीगढ़ विखे, और उन्होंने प्रतिक्रम भी असं तुम्हें सुनाए.
ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਡੀ ਕਾਰਲੇਕਰ ਅਤੇ ਨਾਲ ਮਨਮੋਹਨ ਸਿੰਘ ਜੀ ਜੋ ਕਿ ਆਪਣੇ ਵਿਚਾਰ ਇਸ ਦੇ ਉੱਤੇ ਪ੍ਰਗਟ ਕਰ ਰਹੇ ਸਨ। ਅਤੇ ਡੀ ਕਾਰਲੇਕਰ ਜੀ, ਵਟ ਇਜ਼ ਯੋਰ ਸਟੈਂਡ ਜੋ ਮਨਮੋਹਨ ਸਿੰਘ ਜੀ ਨੇ ਕਿਹਾ ਆਪਕੋ? मैं यही कहना चाहूंगा, ये मनमोहन जी का अपना खुद का एक वैयक्तिक मत है और मैं उनका आदर करता हूं। मैं फिर से यही दोहराऊंगा, गुरु नानक देव जी, उनका धर्म हिंदू धर्म था। हिंदू धर्म 10,000 सालों से ज्यादा, 10,000 ईयर्स, जब सारी दुनिया आदि मानव की जैसे रहती थी तब हमारे हिंदू धर्म उससे पुराना है। किसी धर्म का देख लो, जीसस क्राइस्ट हमें पता है उसका धर्म क्या था, जू था। यू नो मोहम्मद उसका धर्म वो कौन था पता है। हिंदू धर्म की रचना किसने की किसी को नहीं पता है ना, आदि काल से ये चल के आ रहा है। तो इतने पुराने समय से थे, अलग अलग लोगों की अलग अलग होती है। कोई है भगवान को मानता है उसको हम आस्तिक कहते हैं, कोई है जो भगवान को नहीं मानता है उसको हम नास्तिक कहते हैं, है ना, और जो ज्यादा प्रैक्टिकल होता है उसको हम रियलिस्टिक कहते हैं। होता क्या है, 2-2.5 घंटे में आपको 1000 बिल्कुल। I will come back to you but मनमोहन जी, गुरु नानक देव जी दे नाल भी जोड़ के वेख्या गया इस वर्डिक्ट दे विच क्या कि गुरु नानक देव जी ने भी सफर किया सीगा अयोध्या दा। सो उस तरीके नाल तुसी किस उनू उस गल नू किस तरीके नाल लेंदे हो तुसी? गुरु नानक साहब ने सफर सिर्फ अयोध्या दा नहीं किया, मक्के तक भी गए ने। 9 different countries he walked on foot, he actually went there to convey the message of one God. Okay. And all humanity is equal. Okay. The message of Guru Nanak was all humans are created equal. Guru Nanak ka ye keh rahe hain ki dharm Hindu tha. Guru Nanak to founder hai Sikhism ke, unka dharm kaise kiya keh sakte hain? Guru Nanak ne jaju pehna hi nahi hai. Jaju pehne se inkar kar diya. Lekin kyunki Sikh dharm dusre dharm ki raksha karta hai, jis janju ko Guru Nanak ne pehna nahi, wo 9ve jame mein aakar ke Guru Tegh Bahadur sahab ne us janju ki raksha ki. Kisi raksha ki? Kyunki सिख धर्म ये मानता है हर धर्म को बराबर का हक है जीने का। लेकिन जब से जब बीजेपी पावर में आई है ये ऐसे एजेंडे उठ रहे हैं कि सब चीज सबको मिल गोबा कर दो। कभी ये हिंदुस्तान में ये एजेंडा था ही नहीं कि सब मानते थे हिंदुओं का अपना धर्म है, सिखों का अपना धर्म है। ये एजेंडा बीजेपी ने खड़ा किया है और ये बंद होना चाहिए। डी कार्लेकर जी, दिस इज बाय यू, दिस इज बाय योर पार्टी, ट्राइंग टू क्लियर आउट ऑफ दिस। This is wrong and absolutely wrong. They are dividing the country by doing that. देखिएगा, BJP का message था oneness of God, oneness of human. कोई वर्ण जाति नहीं थी इनके, शूद्र है जी, ये पैर की जुत्ती है, औरत पैरों की जुत्ती है, ये हिंदू धर्म है। गुरु नानक साहब ने औरत को उठाया है जमीन से और दर्जा दिया आदमी के बराबर। किसी धर्म ने इतना दर्जा ऊंचा नहीं दिया जितना सिख धर्म ने औरत को दर्जा दिया। आप कंपेयर कैसे करते हैं? देयर इज नो कंपेरिजन। हिंदू धर्म आपको मुबारक, हम आपके आपका रिस्पेक्ट करते हैं आपके हिंदू धर्म की, लेकिन लीव द सिख धर्म अलोन, डोंट मिक्स इट विद योर साइड, दिस इज टोटली रॉन्ग। ये बीजेपी एजेंडा है। डी कार्लेकर जी, ओके मनमोहन जी, तड़ी गल समझ आई है। डी कार्लेकर जी, इट इज बीजेपीज एजेंडा, दैट्स व्हाई इट इज नॉट अ स्लिप ऑफ टंग, इट इज इंटेंशनली। मनमोहन जी आप अपनी वर्डी चेंज करें, दिस इज रॉन्ग। सिख धर्म की, मनमोहन जी, सिखिज्म इज द फिफ्थ लार्जेस्ट रिलीजन इन द वर्ल्ड। डी कार्लेकर जी मैंने बंद करिए। डी कार्लेकर जी, तुसी इस गल नु मानदे हो कि सिख पंथ नहीं धर्म है? पंथ नहीं है, सॉरी, तुसी इस गल नु मानदे हो कि सिख जेड़ा पंथ नहीं है धर्म है? इट्स अ रिलीजन, यानी कि लार्जेस्ट रिलीजन। मनमोहन जी, you spoke, I listen to you. Manmohan ji, let him speak. Manmohan ji,
ਮਨਮੋਹਨ ਜੀ ਲੈਟ ਹਿਮ ਸਪੀਕ। ਡੀ ਕਾਰਲੇਕਰ ਜੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਸਿੱਖ ਜਿਹੜਾ ਉਹ ਪੰਥਰੀ ਧਰਮ ਹੈ? ਧਰਮ ਹੈ। ਦੇਖਿਏਗਾ if you allow me to speak, go ahead, bolo fir muslim bhi panth, go ahead, dekhiyega manmohan ji, we have to be ye kal ke baad ek naya chamak aa gaya panth, matured person, manmohan ji dekhiyega hame badi sabhyata se aur badi shalinta se baat aur vartalap karni hai, dikalega ji, you have a time, go ahead, haan ji, to main yahi kehna chahunga, guru nanak ji ne sikh panth ki sthapna ki thi हिंदू धर्म की रक्षा के लिए, जैसे मराठाओं ने शिवाजी महाराज जी ने, शिवाजी का कोई कंपैरिजन नहीं है गुरु नानक, मराठी, अलाउ मी टू फिनिश प्लीज, शिवाजी महाराज जी ने जब पूरा हिंदुस्तान को काबिज किया था औरंगजेब ने, कार्लेकर जी शिवाजी महाराज जी ने थे, द क्वेश्चन इज डू यू थिंक सिख इज अ रिलीजन, सिख इज अ पंथ, सिख ये हमारी हिंदू धर्म की, इट्स अ वॉरियर क्लान, क्षत्रिय समाज है, जैसे मैं मराठा हूँ, मैं क्षत्रिय हूँ, आप राजपूत हो तो कल को राजपूत बोलेंगे हम धर्म, हमारा धर्म अलग है, कल को मराठा बोलेंगे हमारा धर्म अलग है, कल को बांग्ला बोलेंगे हमारा धर्म अलग है, ऐसे थोड़ी ना होता है, सो यू डोंट थिंक कि जड़ा सिख और धर्म नहीं है, दैट्स व्हाई दिस इज व्हाट यू वांट टू से, ये पंथ है सिख, ये हिंदू धर्म का एक अविभाज्य और एक अभिन्न अंग है, मनमोहन जी आई कम बैक टू यू, आई कम बैक टू यू, डेफिनेटली वी विल से विल टेल हिम, डेफिनेटली मनमोहन जी आई कम बैक टू यू, जी जी कार्लेकर जी, मेरी खुद की बहन का ससुराल गुरदासपुर में है, सिखों को दी हुई है, मीनिंग हर हस्बैंड इज अ सिख, ठीक है, हर फादर इज अ सिख, अगर आप उनकी जनरेशन देखे, दो तीन जनरेशन पहले दे वर हिंदूज, हमारे धर्म में जो बड़ा बेटा होता था उसे हम सिख धर्म के लिए देते थे, अर्पण करते थे कि भाई तू हमारे धर्म की रक्षा करेगा, हिंदू धर्म की रक्षा करेगा, आप देख लीजिएगा, दसों के दसों जनरेशन देख लीजिएगा, आई कैन गिव यू हंड्रेड्स ऑफ सच एग्जांपल्स कि जिसमें बड़ा प्रा सिख है, छोटा भाई हिंदू है, हम हिंदू पंजाबी बोलते उनको सिख कहते हैं, तो जो बड़ा प्रा होता है उसको बाय डिफॉल्ट हमने कहा था कि भाई आप हमारे फैमिली का और आप हमारे हिंदू धर्म की भी रक्षा करेंगे, कार्लेकर जी डिफरेंट रिलीजन दे हैव अ डिफरेंट प्रैक्टिस देन व्हाई नॉट इंडिया नंबर वन दिस कंट्री हैज नो बिजनेस टू इंटरफियर यू नो सिख धर्म हिंदू धर्म भारत ये हमारा भारत का इंटरनल मामला है ना इन्होंने कश्मीर में दे हैव टू पोक देयर नोज कल को हमने हिंदुस्तान में बोल दिए कल को बोल दो कल यहाँ पे जो माइनॉरिटीज है स्पैनिश लोग है जो अफ्रीकन अमेरिकन है उनके नाम से अलग धर्म कर दो कैसे होगा है ना ये दे हैव नो रीजन टू पोक इनटू देखो जिनके घर शीशे के होते हैं ना दूसरे के घर में पत्थर नहीं फेंका करते तो इनको खुद को अपना देखना चाहिए भारत ना किसी के साथ अग्रसर रहा है भारत ने पूरी दुनिया को अमन और शांति का संदेश दिया है तेग बहादुर जी ने हमारे तेग जो हमारे नौवे सिख पंथ के जो धर्म गुरु थे अपनी जान दी धर्म के लिए हिंदू धर्म के लिए कश्मीर मैं भी खुद कश्मीर के मैं अभी खुद एक कश्मीर सेमिनार से आ रहा हूँ वी टॉक्ड अबाउट तेग बहादुर जी तेग यू नो नौवे धर्म गुरु ने अपनी जान दे दी मनमोहन जी योर स्टैंड ऑन दिस धर्म के लिए मनमोहन जी हाँ जी बोलिए go ahead your stand on this your time to speak now देखो what I'm trying to say is the founder of Sikhism is Guru Nanak Dev Ji और Sikh faith के जो founder हैं ये तो history है 500 साल पुरानी history है Guru Nanak साहब ने Sikh धर्म के को जन्म दिया और उसके तीन हिस्से तीन बातें उनको बताई सिखों का काम है सुबह उठना परमात्मा का नाम लेना honest living करनी और वंड के छकना ये Sikh is a way of life अगर ये चीजें नहीं करते सिख तो वो सिख कहलाने के भी हकदार नहीं है फिर सिख की अपनी आइडेंटिटी है सिख के 5 केज है 5 ककार है उनके अनशोर हेयर है कड़ा है कच है कृपान है सारा कुछ है और सिख की अपनी आइडेंटिटी है सिखों के अपने प्लेस ऑफ वर्शिप है सिखों के अपने कस्टम है सिखों के अपने त्योहार है सिख मूर्ति पूजा का खंडन करते हैं सिख जो है वर्ण जात को मानते ही नहीं सिख शादी में करके आरती को मानते ही नहीं है गुरु नानक साहब ने गगन में तार रावचंद दीपक बने तारका मंडल जनक मूर्ति उसकी बात की है परमात्मा जो थान है वो आकाश थान है आरती परमात्मा की हर समय चल रही है कोई चीज मिलती नहीं है लेकिन हम फिर भी कहते हैं कि हिंदू धर्म अपनी जगह शोभित है और इनके ग्रंथ इनको शोभित है हम उनका आदर करते हैं
लेकिन ये जो मिल गोबा करे सिखों ने तो कोई ऐसी कोई बात नहीं की। ये जो अटैक हो रहा है ये बीजेपी लोगों की तरफ से सिखों पर अटैक हो रहा है, सिख तो कोई अटैक करते ही नहीं है। मनमोहन जी असी इस गल नूं पहला भी जिहड़े बयान कर चुके हैं एंड डेफिनेटली असी इस गल नूं भी हुण अग्गे लैके जावांगे कि जद अमेरिका की धरती दे विच रहिंदे होए इत्थे दा लॉ सानूं इजाजत दिंदा ते फिर इंडिया क्यों नहीं, जिवें कि डी कार्लेकर जी ने कहा कि अमेरिका नूं दखल अंदाजी नहीं करनी चाहीदी इंडिया दे विच। और खास तौर दे उत्ते मैं इहदे उत्ते जिहड़े इक शख्सियत हन उहनां नूं भी लैके आवांगा, सुरणजीत सिंह खालसा जिन्हां ने हाल फिलहाल दे विच कनेक्टिकट स्टेट दे विच जाके असैम्बली दे विच बकायदा तौर दे उत्ते सिख नूं डिफरेंट रिलीजन अते डिफरेंट प्रैक्टिसेस दे तौर ते बिल पास करवाया, उन्हां नूं भी मैं लैके आवांगा। मैं हुण फोन लाइन खोल रहा अपने दर्शकों के लिए भी, डी कार्लेकर जी साडे नाल बने रहणगे, तुसीं अपने सवाल डी कार्लेकर जी दे नाल कर सकदे हो। फिलहाल मनमोहन जी तुहाडा बहुत बहुत धन्यवाद तुसीं अपने प्रतिक्रम और तुसीं अपने विचार जिहड़े ने अज्ज मंच दे उत्ते दित्ते। थैंक यू। तो मैं हुण जिहड़ी फोन लाइन है मैं अपने दर्शकों लिए खोल रहा तो तुसीं कॉल करके इस हेठ लिखे नंबर के उत्ते मैनू अपने विचार दे सकते हो या फिर तुसीं मैनू ईमेल कर सकते हो harkirat@justbroadcasting.com info@justbroadcasting.com दे उत्ते। फिलहाल मैं रुक रहा एक ब्रेक लई, ब्रेक तो बाद मैं लियावांगा सुरणजीत सिंह खालसा होरां नूं, मिलदे हां ब्रेक तो बाद। ब्रेक तो बाद स्वागत है, मेरे नाल हुण फोन लाइन ते मौजूद हन सुरणजीत सिंह खालसा जो कि वचनबंद होए हन असैम्बली दे विच बिल पास करवाउण दे लई कि सिख जिहड़ा धर्म हैगा इट इज़ अ डिफरेंट रिलीजन एंड दे हैव अ डिफरेंट प्रैक्टिसेज एंड डी कार्लेकर जी मेरे नाल फोन लाइन पर मौजूद हैगे हैं जिन्होंने कहा कि अमेरिका नूं दखल अंदाजी नहीं देनी चाहिए इंडिया दे विच असी सिख धर्म नूं धर्म नहीं पंथ मंनदे हां क्योंकि यह हिंदू धर्म तो निकलिया हुआ एक पंथ हैगा। सुरणजीत सिंह खालसा जी मैं तुहाडा ओपनिंग कमेंट जानना चाहवांगा, तुहाडे प्रतिक्रम जानना चाहवांगा। मेरा देखो सिखां दी सब तों उच्चा स्थान सुरंजीत जी थोड़ी आवाज साडे कोल क्लियर नहीं पहुंच रही, जाते हेडसेट नु थोड़ा जा तुसी दूर रख के गल करो। मैं कह जी असी शब्द गुरु दे विच विश्वास रखीदा जी ते मैं अपनी शुरुआती कमेंट गुरु ग्रंथ साहिब जी दीयां पंक्तियां तो करांगा जी जिदे विच लिखिया मारिया सिक्का जगत विच नानक निर्मल पंथ चलाया। तो ए चीजां ਲਿਖੀਆਂ ਹੋਈਆਂ ਗੁਰਬਾਣੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵੱਖਰਾ ਧਰਮ ਚਲਾਇਆ ਸੀ ਤੇ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਵੀ ਇਸ ਚੀਜ਼ ਨੂੰ ਚੈਲੰਜ ਕਰਦਾ ਮੇਰੇ ਹਿਸਾਬ ਨਾਲ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲੰਜ ਕਰ ਰਿਹਾ ਤੇ ਸਾਨੂੰ ਉੱਤੇ ਸਟ੍ਰਿਕਟ ਨੋਟਿਸ ਲੈਣਾ ਚਾਹੀਦਾ। ਤੇ ਬੜੀ ਹੀ ਅਫਸੋਸ ਦੀ ਗੱਲ ਹੈ ਬਈ ਜਿੱਥੇ ਅਮੈਰੀਕਾ ਕੈਨੇਡਾ ਯੂਕੇ ਵਰਗੀਆਂ ਜਿਹੜੀਆਂ ਮੰਨੀਆਂ ਪਰਮੰਨੀਆਂ ਮੁਲਕਾਂ ਨੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਹੀ ਨਹੀਂ ਵੱਖਰੀ ਨਸਲ ਮੰਨੇ ਆ। ਮੇਰੇ ਕੋਲ 30 to 35 ਡਾਕੂਮੈਂਟ ਘਰੇ ਪਏ ਨੇ ਜਿਹਦੇ ਵਿੱਚ ਵੱਖ ਵੱਖ ਸ਼ਹਿਰਾਂ ਨੇ ਵੱਖ ਵੱਖ ਸਟੇਟਾਂ ਨੇ ਸਾਫ਼ ਸਾਫ਼ ਸ਼ਬਦਾਂ ਵਿੱਚ ਲਿਖਿਆ ਵੀ ਸਿੱਖਿਜ਼ਮ ਇਜ਼ ਅ ਫਿਫਥ ਲਾਰਜੈਸਟ ਇੰਡੀਪੈਂਡੈਂਟ ਐਥਨਿਕ ਰਿਲੀਜਨ। ਸੋ ਮੈਂ ਸਮਝਦਾ ਵੀ ਇੱਡੀ ਵੱਡੀਆਂ ਰੈਕੋਗਨੀਸ਼ਨ ਸਾਨੂੰ ਇੱਥੇ ਸਟੇਟ ਲੈਵਲ ਤੇ ਵੀ ਮਿਲੀਆਂ ਨੇ, ਈਵਨ ਕਿ ਕਨੈਟੀਕਟ ਦੀ ਸਰਕਾਰ ਨੇ ਤੇ ਇੱਥੇ ਤੱਕ ਜਾ ਕੇ ਗੱਲ ਕੀਤੀ ਹੈ ਸਿੱਖਾਂ ਦੀ ਵੀ ਨਵੰਬਰ 1 ਨੂੰ ਹਰ ਸਾਲ ਸਿੱਖ ਜੈਨੋਸਾਈਡ ਰਿਮੈਂਬਰੈਂਸ ਦੇ ਵਜੋਂ ਮਨਾਉਣ ਦਾ ਐਲਾਨ ਕਰ ਕੀਤਾ। ਈਵਨ ਕਿ ਮੰਥ ਆਫ ਜੂਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਿੱਖ ਮੈਮੋਰੀਅਲ ਮੰਥ ਉਲੀਕਤਾ ਗਵਰਨਰ ਨੇ। ਸੋ ਮੈਂ ਸਮਝਦਾ ਵੀ ਇੰਨੀਆਂ ਵੱਡੀਆਂ ਸਾਨੂੰ ਰੈਕੋਗਨੀਸ਼ਨ ਕੈਨੇਡਾ ਵਿੱਚ ਤੁਸੀਂ ਦੇਖ ਲਓ, ਯੂਕੇ ਵੀ ਦੇਖ ਲਓ, ਸਾਰੇ ਪਾਸੇ ਬਿੱਲ ਪਾਸ ਹੋ ਰਹੇ ਨੇ। ਇਸ ਸਾਲ ਸੈਨੇਟ ਦੇ ਵਿੱਚ ਵੀ ਸਿੱਖਿਜ਼ਮ ਨੂੰ ਰੈਕੋਗਨਾਈਜ਼ ਕਰਨ ਦੇ ਲਈ ਤੇ 550ਵੀਂ ਸਾਲਗਿਰਾ ਜੋ ਕਿ ਗੁਰਪੁਰਬ ਹੈ ਜੀ ਉਹਨੂੰ ਰੈਕੋਗਨਾਈਜ਼ ਕਰਨ ਦੇ ਲਈ ਵੀ ਇੱਕ ਰੈਜ਼ੋਲੂਸ਼ਨ ਪਾਈ ਗਈ ਜੋ ਕਿ ਪਾਸ ਹੋਈ ਸੈਨੇਟ ਦੇ ਵਿੱਚ ਜੀ। ਸੋ ਮੈਂ ਸਮਝਦਾ ਵੀ ਅਮਰੀਕਾ ਦੇ ਵਿੱਚ ਮਤਲਬ ਕਹਿਣ ਦਾ ਭਾਵ ਹੈ ਕਿ ਸਾਨੂੰ ਇੰਡੀਆ ਨੂੰ ਛੱਡ ਕੇ ਪੂਰਾ ਵਰਲਡ ਮੰਨਦਾ ਹੈ ਕਿ ਵੀ ਆਰ ਅ ਰਿਲੀਜੀਅਨ ਐਂਡ ਦੈਨ ਵਾਈ ਇੰਡੀਆ ਹੈਵ ਅ ਪ੍ਰੋਬਲਮ। ਡੀ ਕਾਰਲੇਕਰ ਜੀ ਸਾਨੂੰ ਇੰਡੀਆ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ, ਸਾਡੇ ਕੋਲ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਤੇ ਉਹਦੇ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਸਾਨੂੰ ਕਿਸ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਪਰ ਬੜੀ ਮੰਦਭਾਗੀ ਗੱਲ ਹੈ ਬਈ ਇੰਡੀਆ ਤੇ ਜਿਹੜਾ ਕਿ ਉੱਥੇ ਇਸ ਟਾਈਮ ਆਰ ਐਸ ਐਸ ਦਾ ਪ੍ਰਭਾਵ ਚੱਲ ਰਿਹਾ ਉਹਦੇ ਕਰਕੇ ਹਮੇਸ਼ਾ ਸਿੱਖਾਂ ਦੇ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਦੁਬਾਰਾ ਦੁਬਾਰਾ ਹਰਟ ਕੀਤੇ ਜਾ ਰਹੇ ਨੇ ਜੋ ਕਿ ਮੈਂ ਸਮਝਦਾ ਵੀ ਬੜੀ ਮੰਦਭਾਗੀ ਗੱਲ ਹੈ। ਸੁਰਨਜੀਤ ਜੀ ਕਾਰਲੇਕਰ ਜੀ ਕਹਿੰਦੇ ਨੇ ਇਟਸ ਅ ਸਲਿਪ ਆਫ ਟੰਗ ਇਟਸ ਬਾਈ ਮਿਸਟੇਕ ਵੀ ਆਰ ਸੌਰੀ। ढाई घंटे से बड़े बड़े जजमेंट दे रहे हो, बड़े बड़े
जगह पे टिप्पणियां करते हो तो कभी कभी एक शब्द यहाँ का वहां हो जाता है, तो the appropriate word should have been not cult, it should have been cult. पर कार्लेकर जी गल समझ नहीं आती, जब पूरा वर्ल्ड मानता है कि सिख इज द फिफ्थ लार्जेस्ट एथनिक रिलीजन, देन व्हाई इंडिया नु क्यों प्रॉब्लम हैगी है, या फिर इंडिया दे विच सरकार नु क्यों प्रॉब्लम हैगी है? नहीं, प्रॉब्लम सवाल प्रॉब्लम का तो है ही नहीं। हाँ, ये पूरा मसला ही गलत है। हाँ, देखिएगा, सिख ये एक हमारा पंथ है, इट्स अ वॉरियर क्लान, ठीक है? जैसे हमारे राजपूत इज अ वॉरियर क्लान, मैं खुद मराठा हूँ, मेरी अरे मेरी खुद की बहन सिख धर्म में ब्याही हुई है, ठीक है? मैं फिर से मैं आपको वही बता रहा हूँ, अगर आप उनको जाए, इफ यू गो थ्री जनरेशन उनके अगर डेट बैकडेट करे, तो जो उनके घर के जो बड़े बेटे थे, जो हिंदू इसमें पंथ में धर्म में पैदा हुए थे, बड़ा बेटा सिख धर्म, ठीक है? मैं इस गल नु सुन चुके कार्लेकर जी, मेरे नाल स्वरणजीत जी बहुत बहुत मेहरबानी, तुसी अपना कीमती समय कट के अपनी गल इत्थे रखी, मेरे नाल काफी सारे कॉलर्स भी जुड़े हुए हैं, मैं उन्हां दे भी एक मिनट रिएक्शन लेना चाहना। सत श्री अकाल जी, तुसी आउणे हो, कौन बोल रहे, कित्थों बोल रहे? सत श्री अकाल जी, ते मैनूं 2 सेकंड जरा पेशेंस रखियो, मैं गल करनी चाहना आ। जी 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 जी, मसला ए आ के इन्हां दा कसूर नहीं जी, ये बिल्कुल इन्हां दी गलती नहीं, जे गलती है क्योंकि पूरी तरह जान चुके है कि असीं जिहड़े सिख आ अज दे, साडा काम इन्ना की है, गुरुद्वारे जाओ ते पकौड़े खाओ ते घर आ जाओ जी। गुरबाणी किन्ने लोकां ने पढ़ी है जी? ना मीडिया दे जिहड़े बैठे आ एंकर, ना उन्हां ने पढ़ी है जी। ये बंदा जिहड़ा आ वेखो शरेआम सिखां दी बेइज्जती कर रिहा इत्थे साडे टीवी दे उत्ते आ के जी। सो गुरु नानक साहब जदों जनेऊ पाउण लगदे आ उन्हां नूं, मैं कदे जनेऊ पाया नहीं वेख्या, ओ कहिंदे नहीं ओ नहीं पा सकदी क्योंकि ओ औरत है, ओ शूद्र है, ओ नहीं पाया जा सकदा। मैं इस गल दी तुहाडी जरूर सुनना चाहुंदा सीगा, पर जिहड़ा मुद्दा असीं मुद्दे तों ना भटकीए, मेरे नाल होर भी कॉलर्स ने, उहनां दा भी समां कीमती हैगा। सत श्री अकाल जी, तुसीं ऑन एयर हो, कौन बोल रहे हो, कित्थों बोल रहे हो? हांजी वालिया साहब, सत श्री अकाल। सत श्री अकाल जी, अपने इक जिहड़ा कल्ट दा तुसीं शब्द वरतदे विच, इहदा मतलब की है? उहदा इस क्राइम इहदा कोई हैगा अतवादियां दे नाल? कल्ट असीं जद नूं असीं पाउने आ गूगल दे उत्ते, तां इहदा इंग्लिश दे विच निकल के आउंदा कि इक वड्डे रिलीजन तों निकलिया होया इक छोटा जिहा तबका। चर्चा हो रही है, ताई करके एक्सप्लेन करने की कोशिश कर रहे हैं कि सिख जिहड़ा धर्म है कि पंथ। जानकारी लेना चाहुंदा, बहुत थैंक यू जी तुहाडा। बहुत बहुत थैंक यू तुहाडा, तुसीं भी अपने विचार रखे, मेरे नाल होर भी कॉलर ने। सत श्री अकाल जी, तुसीं आउणे हो, कौन बोल रहे हो, कित्थों बोल रहे हो? ਮੈਂ ਜੀ ਕੈਲੀਫੋਰਨੀਆ ਤੋਂ ਬੋਲ ਰਿਹਾ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ, ਮੈਂ ਤਾਂ ਜੀ ਇੱਕ ਨਿੱਕਾ ਜਿਹਾ ਸਵਾਲ ਕਰਨਾ ਚਾਹੁੰਦਾ। ਜੀ ਜੀ ਜੀ, ਆ ਜਿਹੜੇ ਸਾਹਿਬ ਆਏ ਹੋਏ ਆ ਮਹਾਰਾਸ਼ਟਰ ਵਾਲੇ ਜੀ, ਇਹਨਾਂ ਨੂੰ ਇੱਕੋ ਸਵਾਲ ਪੁੱਛਿਆ ਜਾਵੇ ਜੀ ਕਿ 1793 ਦੇ ਵਿੱਚ ਜੀ ਪਟਿਆਲੇ ਦੇ ਉੱਤੇ ਜਦੋਂ ਰਾਜਾ ਸਾਹਿਬ ਸਿੰਘ ਸੀ ਤੇ ਅੰਟਾਰੋਂ ਨੇ ਹਮਲਾ ਕਿਉਂ ਕੀਤਾ ਸੀ ਜੇ ਸਾਡੇ ਭਰਾ ਆ? ਜੀ 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 ਜੀ, ਇਹ ਨੋਟ ਕਰ ਲਓ, 1793 ਚ ਅੰਟਾਰੋਂ ਨੇ ਹਮਲਾ ਕੀਤਾ ਸੀ। ਠੀਕ ਹੈ ਜੀ, ਠੀਕ ਹੈ ਜੀ, ਰਾਜਾ ਸਾਹਿਬ ਸਿੰਘ ਸੀ ਉਦੋਂ ਪਟਿਆਲੇ ਜੀ। ਓਕੇ ਜੀ, ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਏ ਹਨ, ਮੈਂ ਉਹਨਾਂ ਦੇ ਵੀ ਕਾਲਸ ਲਵਾਂਗਾ। ਜੇਕਰ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ ਮੈਨੂੰ ਈਮੇਲ ਕਰ ਸਕਦੇ ਹੋ, harkeerat@justbroadcasting.com, info@justbroadcasting.com ਦੇ ਉੱਤੇ। ਉੱਥੇ ਦੂਜੇ ਪਾਸੇ ਡੀ ਕਾਰਲੇਕਰ ਜਿਹੜੇ ਨੇ ਸੰਘ ਦੇ ਜਾਣਕਾਰ, ਉਹ ਵੀ ਜੁੜੇ ਹੋਏ ਹਨ, ਜੇਕਰ ਤੁਸੀਂ ਕੋਈ ਸਵਾਲ ਉਹਨਾਂ ਤੋਂ ਵੀ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। आप हिंदुआ तो मुसलमान तो वखरा धर्म सिख धर्म की गल की है, और सिख धर्म फाउंडर है, सिख धर्म को अपना ग्रंथ है, सिख धर्म की अपनी बोली है जी, अपनी प्रैक्टिस है। मेहरबानी, मेरे होर भी कॉलर ने। सत श्री अकाल जी, तुसी आउणे रहो, अपनी गल रख सकदे हो। सत श्री अकाल जी जी,
ਭਾਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਸਿੱਖ ਧਰਮ ਆਪਣਾ ਵੱਖਰਾ ਧਰਮ ਹੈ ਨਾ ਜੀ, ਆਪਾਂ ਇਹਨਾਂ ਕੋਲ ਕੀ ਲੋੜ ਹੈ ਆਇਡੈਂਟੀ ਕਿਸੇ ਲੈਣ ਦੀ ਲੋਕਾਂ ਕੋਲ ਜੀ। ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਰੱਖੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਮੈਂ ਗੱਲ ਕਰਦਾ ਸੀਗਾ, ਸਭ ਤੋਂ ਵੱਡੀ ਬਿਮਾਰੀ ਦੀ ਜੜ੍ਹ ਹੈ ਜੀ, ਜਿਹੜੇ ਸਿੱਖ ਕਹਿੰਦਾ ਹੈ ਨਾ ਜੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੀ। ਅਸੀਂ ਤੁਸੀਂ ਦੱਸੋ ਵੀ ਦੇਸ਼ ਕੇ ਦੇਸ਼ ਕੇ ਚੌਂਕਾ ਕੱਢੀ ਕਾਲ ਉੱਤੇ ਆਏ ਬੈਠੇ ਕੁਰਿਆੜ, ਮੱਤ ਪਿੱਠੇ ਵੇ ਮੱਤ ਪਿੱਠੇ ਇਹ ਅੰਨ ਸਾਡਾ ਫਿੱਟੇ, ਤੁਸੀਂ ਉਹਦਾ ਸਤਿਕਾਰ ਕਰੋਗੇ ਜੀ? ਜੀ, ਜਿੱਥੇ ਜਿੱਥੇ ਆਉਂਦਾ ਧੋਤੀ ਟਿੱਕਾ ਤੇ ਜੋ ਮਾਲੀ ਧਾਨ ਮਲੇਸ਼ਾ ਖਾਈ, ਤੁਸੀਂ ਇਹਦਾ ਸਤਿਕਾਰ ਕਰੋਗੇ ਜੀ? ਜੀ 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 ਜੀ, ਜਿੰਨਾ ਚਿਰ ਅਸੀਂ ਇਹ ਆਪਣੀ ਤੁਕ ਨਹੀਂ ਨਾ ਬਦਲਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੀ। ਸਿੱਖ ਧਰਮ ਵੱਖਰਾ ਨਹੀਂ ਹੋਣਾ, ਜਿਹੜਾ ਜਿਹੜਾ ਬਾਬੇ ਨਾਨਕ ਦਾ ਮਿਸ਼ਨ ਵੱਖਰਾ ਨਹੀਂ ਹੋਣਾ ਜੀ। ਜੀ ਜੀ, ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਰੱਖੇ ਸਾਡੇ ਨਾਲ, ਤੁਹਾਡੇ ਨਾਲ ਹੋਰ ਵੀ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਵਾਲੇ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਵਾਲੇ ਸਰ, ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਪਣਾ ਹੋਮਵਰਕ ਠੀਕ ਨਹੀਂ ਕਰ ਰਹੇ ਜੀ। ਤੁਸੀਂ ਇਹੋ ਜਿਹੇ ਆਰਐਸਐਸ ਦੇ ਫਨੈਟਿਕ ਬੰਦੇ ਨੂੰ ਜੀ ਸਿੱਖ ਧਰਮ ਦੀ ਡਿਸਕਸ਼ਨ ਵਾਸਤੇ ਤੁਸੀਂ ਕਿਉਂ ਲੈ ਕੇ ਆਉਂਦੇ ਹੋ ਜੀ? ਮੈਂ ਆਪਣੇ ਮੈਂ ਹੋਮਵਰਕ ਠੀਕ ਨਹੀਂ ਕਰਾਂਗੀ, ਜਿਹੜੇ ਉਹਨਾਂ ਨੇ ਗੱਲ ਬੋਲੀ ਉਹ ਤੁਸੀਂ ਉਸ ਗੱਲ ਨੂੰ ਅਗਰ ਨਕਾਰਦੇ ਹੋ ਤਾਂ ਤੁਸੀਂ ਆਪਣੇ ਪ੍ਰਤੀਕਰਮ ਰੱਖ ਸਕਦੇ ਹੋ। ਉਹਦੇ 'ਚ ਹੋਮਵਰਕ ਵਾਲੀ ਕਿਹੜੀ ਗੱਲ ਆ? ਅਸੀਂ ਤੇ ਇੱਕ ਇੱਕ ਜਿਹੜੀ ਗੱਲ ਉਹਨਾਂ ਨੇ ਕਹੀ ਆ ਉਹ ਸਾਹਮਣੇ ਲੈ ਕੇ ਆਏ ਆ ਕਿ ਵਾਈ ਦੇ ਹੈਵ ਯੂਜ਼ ਦਿਸ ਵਰਡ ਕਾਰਡ, ਅਸੀਂ ਤੇ ਉਸ ਗੱਲ ਦੇ ਉੱਤੇ ਸਟੈਂਡ ਲੈਂਦੇ ਆ। ਹਾਂਜੀ, ਅਸੀਂ ਸਿੱਖ ਲੋਕ ਹਰਟ ਹੁੰਦੇ ਹੈ, ਅਸੀਂ ਤੇ ਪਹਿਲਾਂ ਹੀ ਇਸ ਗੱਲ ਨੂੰ ਬਿਆਨ ਕੀਤਾ ਸੀਗਾ ਕਿ ਅਸੀਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦੇ। ਅਸੀਂ ਤੇ ਚਾਹੁੰਦੇ ਹਾਂ ਕਿ ਜਿਹੜੇ ਅਗਰ ਉਹ ਵਰਡ ਸ਼ਬਦਾਵਲੀ ਯੂਜ਼ ਕਰਦੇ ਹਨ ਤੇ ਕਿਉਂ ਕਰਦੇ ਹਨ ਤੇ ਇਨ ਫਿਊਚਰ ਉਹ ਇਸ ਸ਼ਬਦਾਵਲੀ ਨੂੰ ਨਾ ਵਰਤਣ ਤਾਂ ਕਿ ਅਸੀਂ ਹੋਰ ਨਾ ਹਰਟ ਹੋਈਏ। ਪਹਿਲਾਂ ਹੀ ਕੌਮ ਦਾ ਇਹਨਾਂ ਲੋਕਾਂ ਨੇ ਘਾਣ ਕਰ ਰਿਹਾ ਹੋਇਆ, ਅਸੀਂ ਤੇ ਇਸ ਗੱਲ ਨੂੰ ਮੰਨਦੇ ਹਾਂ ਔਰ ਅਸੀਂ ਕਈ ਵਾਰ ਆਪਣਾ ਸਟੈਂਡ ਸਕ ਚੁੱਕੇ ਹਾਂ। ਤੁਸੀਂ ਜਦ ਪਰਸਨਲ ਮੇਰਾ ਸਟੈਂਡ ਲਓਗੇ ਚੈਨਲ ਤੋਂ ਹਟ ਕੇ, ਡੈਫੀਨੇਟਲੀ ਮੈਂ ਤੁਹਾਨੂੰ ਆਪਣਾ ਪਰਸਨਲ ਸਟੈਂਡ ਦੱਸਾਂਗਾ, ਪਰ ਤੁਸੀਂ ਇਹਦੇ 'ਚ ਹੋਮਵਰਕ ਵਾਲੀ ਗੱਲ ਨਾ ਕਹੋ। ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦ ਕੋਈ ਅਜਿਹੀ ਸ਼ਬਦਾਵਲੀ ਵਰਤਦਾ ਤਾਂ ਉਹ ਸਾਡੀ ਵਿਊਅਰਸ ਦੇ ਸਾਹਮਣੇ ਆਉਣੀ ਜ਼ਰੂਰੀ ਹੈਗੀ ਹੈ, ਔਰ ਉਹ ਕਿਉਂ ਵਰਤ ਰਹੇ ਹਨ, ਉਹਨਾਂ ਦੀ ਇੰਟੈਂਸ਼ਨ ਕੀ ਹੈਗੀ ਹੈ ਇਸ ਦੇ ਪਿੱਛੇ, ਉਹ ਸਾਡਾ ਮਕਸਦ ਹੈਗਾ ਤਾਂ ਕਿ ਉਹ ਇਨ ਫਿਊਚਰ ਇਸ ਗੱਲ ਨੂੰ ਨਾ ਵਰਤਣ। ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਇਹ ਸਾਡੀ ਗਲਤੀ ਹੈ ਔਰ ਅਸੀਂ ਅੱਗੇ ਅਸੀਂ ਇਹਨੂੰ ਨਹੀਂ ਦਰਾਵਾਂਗੇ। ਜੇਕਰ ਤੁਹਾਨੂੰ ਕੋਈ ਹੋਰ ਵੀ ਗੱਲ ਮੇਰੇ ਨਾਲ ਕਰਨੀ ਹੈਗੀ ਹੈ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, info@justbroadcasting.com, harkirat@justbroadcasting.com ਦੇ ਉੱਤੇ। ਫਿਲਹਾਲ ਜਿੰਨੇ ਕਾਲਰਸ ਮੇਰੇ ਨਾਲ ਇਸ ਟਾਈਮ ਲੱਗੇ ਜੁੜੇ ਹੋਏ ਹਨ, ਮੈਂ ਉਹਨਾਂ ਦੀ ਕਾਲਸ ਹੁਣ ਔਨ ਏਅਰ ਨਹੀਂ ਲੈ ਪਾਵਾਂਗਾ, ਲੇਕਿਨ ਮੈਂ ਤੁਹਾਨੂੰ ਜ਼ਰੂਰ ਸੁਣਨਾ ਚਾਹਾਂਗਾ ਜਦ ਮੈਂ ਇਸ ਪ੍ਰੋਗਰਾਮ ਨੂੰ ਖਤਮ ਕਰਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।